ਜੈ ਗੁਰਦੇਵ, ਜੈ ਗੁਰੂ ਰਵਿਦਾਸ ਜੀ। ਅੱਜ ਮੈਨੂੰ ਲੱਗਦਾ ਕਿ ਸ਼੍ਰੀ ਸ਼੍ਰੀ ਗੁਰਦੀਪ ਜੀ ਮਹਾਰਾਜ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਅਸੀਂ ਸ਼੍ਰੀ ਸ਼੍ਰੀ ਗੁਰੂਦੇਵ 1008 ਸ਼੍ਰੀ ਗੁਰਦੀਪ ਗਿਰੀ ਜੀ ਮਹਾਰਾਜ ਜੀ ਦੇ ਨਾਲ ਇੱਥੇ ਆਉਣ ਦਾ ਮੌਕਾ ਮਿਲਿਆ। ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਹਾਡੀ ਸਾਰੀ ਸੰਗਤਾਂ ਨੂੰ ਅਤੇ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲਿਆ। ਯਕੀਨ ਮੰਨਿਓ ਕਿ ਅੱਜ ਤੱਕ ਜੋ ਕੁਛ ਵੀ ਮੈਂ ਹੋਂ, ਜਿੰਨਾ ਯੋਗੀ ਵੀ ਹੋਂ, ਇਹ ਸਾਰਾ ਗੁਰੂ ਗੋਬਿੰਦ ਜੀ ਦਾ ਆਸ਼ੀਰਵਾਦ। ਇਹ ਹਮੇਸ਼ਾ ਹੀ ਪ੍ਰੋਤਸਾਹਨ ਵੀ ਦਿੰਦੇ ਨੇ, ਆਸ਼ੀਰਵਾਦ ਵੀ ਮੈਨੂੰ ਦਿੰਦੇ ਨੇ, ਜਿਹਦੇ ਨਾਲ ਅਸੀਂ ਆਪਣੇ ਇਲਾਕੇ ਦੀ ਸੇਵਾ ਜਿਹੜੀ ਹੈ ਉਹ ਕਰ ਰਹੇ ਹਾਂ। ਔਰ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਮੈਨੂੰ ਮੌਕਾ ਮਿਲਿਆ ਸੀ ਕਿ ਮੈਂ ਪਿਛਲੀ ਸਰਕਾਰ ਦੇ ਵਿੱਚ ਐਜੂਕੇਸ਼ਨ ਦਾ ਮਹਿਕਮਾ ਵੀ ਮੇਰੇ ਕੋਲ ਰਿਹਾ 1.5 ਸਾਲ। ਉਸਦੇ ਬਾਅਦ ਵਿਮੈਨ ਐਂਡ ਚਾਈਲਡ ਡਿਵੈਲਪਮੈਂਟ, ਸੋਸ਼ਲ ਸਿਕਿਉਰਿਟੀ, ਰੈਵਨਿਊ ਔਰ ਟਰਾਂਸਪੋਰਟ ਦਾ ਮਹਿਕਮਾ ਵੀ ਮੇਰੇ ਕੋਲ ਰਿਹਾ। ਹਰ ਡਿਪਾਰਟਮੈਂਟ ਦੇ ਵਿੱਚ ਮੈਂ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਕਿ ਬਾਅਦ ਡਿਸਕਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਾਂ। ਲੇਕਿਨ ਅੱਜ ਮਹਾਰਾਜ ਜੀ ਦੇ ਬਾਅਦ ਕੁਛ ਕਹਿਣਾ ਮੈਨੂੰ ਲੱਗਦਾ ਕਿ ਉਹਦੇ ਇੱਕ ਬਹੁਤ ਹੀ ਛੋਟੀ ਗੱਲ ਹੋਈ, ਕਿਉਂਕਿ ਇਹਨਾਂ ਨੇ ਜੋ ਹੁਣੇ ਸੰਦੇਸ਼ ਦਿੱਤਾ ਇਹ ਇੰਨਾ ਵੱਡਾ ਗਿਆਨ ਜਿਹੜਾ ਹੈ ਇਹਨਾਂ ਨੇ ਇੱਕ ਗਾਗਰ ਚ ਸਾਗਰ ਨੂੰ ਬੰਨ ਦਿੱਤਾ। ਸੋ ਜੇ ਅਸੀਂ ਸਹੀ ਮਾਇਨੇ 'ਚ ਆਪਣੇ ਜੀਵਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਉੱਤੇ ਅਮਲ ਕਰੀਏ ਤਾਂ ਵਾਕਈ ਸਾਡਾ ਜੀਵਨ ਕਿੰਨਾ ਸਵਰਗ ਬਣ ਜਾਏਗਾ। ਇਹਨਾਂ ਦੇ ਨਾਲ ਹੀ ਮੈਂ ਬੋਲਦੀ ਹੋਈ ਗੱਲ ਕਹਾਂਗੀ ਕਿ ਭਗਤ ਕਬੀਰ ਜੀ ਨੇ ਇੱਕ ਦੋਹਾ ਕਿਹਾ ਕਿ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਦੇਖਾ ਹੋਏ, ਜੋ ਮਨ ਖੋਜਾ ਆਪਣਾ ਮੁਸੇ ਬੁਰਾ ਨਾ ਹੋ। ਸੋ ਅਸੀਂ ਸਾਰੀ ਉਮਰ ਦੂਸਰਿਆਂ ਦੀ ਗਲਤੀਆਂ ਲੱਭਣ ਦੀ, ਦੂਸਰਿਆਂ ਦੀ ਨਿੰਦਾ ਕਰਨ ਦੇ ਵਿੱਚ ਅਸੀਂ ਜ਼ਾਇਆ ਕਰ ਦਿੰਦੇ। ਜਦਕਿ ਅਸੀਂ ਕਿਸੇ ਨੂੰ ਉਂਗਲੀ ਕਰਦੇ ਹਾਂ ਤਾਂ 3 ਉਂਗਲੀਆਂ ਸਾਡੇ ਵੱਲ ਹੀ ਹੁੰਦੀਆਂ। ਅਸੀਂ ਕਿਉਂ ਨਾ ਆਪਣੇ ਵਿੱਚ ਛੁਪੇ ਹੋਏ ਜਿਹੜੇ ਅਵਗੁਣ ਨੇ ਉਹਨਾਂ ਨੂੰ ਹੀ ਦੂਰ ਕਰ ਲਈਏ ਤਾਂ ਮੈਨੂੰ ਲੱਗਦਾ ਸਾਨੂੰ ਕਿਸੇ ਨੂੰ ਸੁਧਾਰਨ ਦੀ ਲੋੜ ਨਹੀਂ ਹੈ, ਸਾਡਾ ਸਮਾਜ ਆਪਣੇ ਆਪ ਹੀ ਸੁਧਰ ਜਾਏ। ਗੁਰੂ ਮਹਾਰਾਜ ਦੇ ਦਿਖਾਏ ਹੋਏ ਰਸਤੇ 'ਤੇ ਚੱਲਦੇ ਹੋਏ, ਉਹਨਾਂ ਦੀ ਬਾਣੀ ਨੂੰ ਪੜ੍ਹਦੇ ਹੋਏ, ਉਹਨਾਂ 'ਤੇ ਅਮਲ ਵੀ ਕਰਦੇ, ਸਿਰਫ ਗੁਰੂ ਘਰ 'ਚ ਆ ਕੇ ਅਸੀਂ ਮੱਥਾ ਟੇਕਦੇ ਹਾਂ ਬਹੁਤ ਚੰਗੀ ਗੱਲ ਹੈ, ਉਹਨਾਂ ਦੇ ਚਰਨਾਂ 'ਚ ਸਿਰ ਲਵਾਉਂਦੇ ਹਾਂ ਬਹੁਤ ਅੱਛੀ ਗੱਲ ਹੈ, ਲੇਕਿਨ ਇੱਥੇ ਬੈਠ ਕੇ ਕੁਛ ਨਾਲ ਲੈ ਕੇ ਚੱਲੀ ਔਰ ਆਪਣਾ ਇੱਕ ਅਵਗੁਣ ਜਿਹੜਾ ਸਭ ਤੋਂ ਵੱਡਾ ਹੈ ਜੇ ਅਸੀਂ ਇੱਥੇ ਹੀ ਛੱਡ ਦੇਈਏ ਤਾਂ ਕਿੰਨੀ ਚੰਗੀ ਗੱਲ ਹੋਵੇਗੀ। ਤੁਸੀਂ ਆਪਣਾ ਆਪਣਾ ਮੁਲਕ ਛੱਡ ਕੇ ਇੱਥੇ ਬੈਠੇ ਹੋ, ਮਿਹਨਤ ਦੇ ਨਾਲ ਤੁਸੀਂ ਆਪਣੀ ਰੋਜ਼ੀ ਰੋਟੀ ਕਮਾਈ ਇੱਥੇ ਔਰ ਵਧੀਆ ਜਿਨ੍ਹਾਂ ਨੂੰ ਪਰਿਵਾਰਾਂ ਨੂੰ ਮਿਲੀ ਹਾਂ ਬਹੁਤ ਅੱਛੇ ਵੈਲ ਸੈਟਲ ਔਰ ਤੁਸੀਂ ਹਮੇਸ਼ਾ ਪੰਜਾਬ ਦੇ ਨਾਲ ਜੁੜੇ ਹੋਏ ਹੋ, ਆਪਣੇ ਆਪਣੇ ਪਿੰਡਾਂ ਦੇ ਨਾਲ, ਆਪਣੇ ਆਪਣੇ ਸ਼ਹਿਰਾਂ ਦੇ ਨਾਲ ਜੁੜੇ ਹੋਏ ਹੋ ਔਰ ਉਹਨਾਂ ਦੀ ਬਿਹਤਰੀ ਦੇ ਵਾਸਤੇ ਤੁਹਾਡਾ ਮਨ ਦੇ ਵਿੱਚ
ਇੱਕ ਦਰਦ ਵੀ ਹੈ, ਜਿਵੇਂ ਕਿ ਮਹਾਰਾਜ ਜੀ ਨੇ ਵੀ ਹੁਣੇ ਦੱਸਿਆ, ਗੱਲ ਕੀਤੀ ਉਹਨਾਂ ਨੇ, ਪਰ ਇਹ ਜੁੜੇ ਰਹਿਣਾ ਹੀ ਬਹੁਤ ਚੰਗੀ ਗੱਲ ਹੈ ਕਿ ਆਪਣੀ ਜੜ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ। ਚਾਹੇ ਅਸੀਂ ਕਿੰਨੀ ਵੀ ਤਰੱਕੀ ਕਰ ਲਈਏ, ਆਪਣੀ ਜੜ੍ਹਾਂ ਨੂੰ ਜ਼ਰੂਰ ਮਜ਼ਬੂਤੀ ਦੇ ਨਾਲ ਪਕੜ ਕੇ ਰੱਖਣਾ ਚਾਹੀਦਾ। ਅਸੀਂ ਟਾਂਗਿਆਂ ਵੱਲ ਨਾ ਜਾਈਏ, ਜੜ੍ਹਾਂ ਦੇ ਨਾਲ ਜਾਈਏ, ਤਾਂ ਕਿ ਸਾਡੀਆਂ ਜੜ੍ਹਾਂ, ਸਾਡੀ ਵਿਰਾਸਤ, ਸਾਡਾ ਗੁੱਸਾ ਇਹ ਕਾਇਮ ਰਹੇ, ਮਜ਼ਬੂਤ ਰਹੇ, ਸਾਡਾ ਪਿਆਰ ਜਿਹੜਾ ਆ ਆਪਣੇ ਇਲਾਕੇ ਦੇ ਨਾਲ ਇਸੇ ਤਰ੍ਹਾਂ ਬਣਾ ਰਹੇ। ਸੋ ਅੱਜ ਮੈਂ ਇਹੀ ਤੁਹਾਡਾ ਸਾਰਾ ਪਿਆਰ, ਸਨਮਾਨ, ਮਾਣ ਲੈ ਕੇ ਜਾ ਰਹੀ ਹਾਂ, ਔਰ ਜੇ ਗੁਰੂ ਮਹਾਰਾਜ ਨੇ ਚਾਹਿਆ ਤੇ ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਣ ਦਾ ਜ਼ਰੂਰ ਆਉਂਗੀ। ਔਰ ਅੱਜ ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਹਾਂ ਕਿ ਜਿਵੇਂ ਮਹਾਰਾਜ ਜੀ ਨੇ ਸਾਰੇ ਪੰਜਾਬ ਹੀ ਨਹੀਂ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਇਹਨਾਂ ਦੇ ਲੋਕ, ਉੱਥੋਂ ਉੱਥੋਂ ਲੋਕ ਦੂਰੋਂ ਚੱਲ ਕੇ ਇਹਨਾਂ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਦੇ ਨੇ, ਔਰ ਇੰਨੀ ਸ਼ਰਧਾ, ਇੰਨਾ ਉਤਸ਼ਾਹ ਜਿਹੜਾ ਹੈ ਲੋਕਾਂ ਦੇ ਵਿੱਚ ਹੁੰਦਾ ਕਿ ਉਹ ਦੇਖਣ ਵਾਲਾ, ਜੇ ਤੁਹਾਡੇ 'ਚ ਕੋਈ ਵਿਆਹ ਹੋਵੇ ਤੇ ਉੱਥੇ ਦੇਖੋ ਕਿੰਨਾ ਡਿਸਿਪਲਿਨ ਹੈ। ਇਹਨਾਂ ਨੇ ਸਾਰਿਆਂ ਨੂੰ ਇੱਕ ਪਲੈਟਫਾਰਮ ਦਿੱਤਾ ਕਿ ਆਪਣੇ ਲੋਕ ਇੱਕ ਜਗ੍ਹਾ ਇਕੱਠੇ ਹੋ। ਜੋ ਭੀਮ ਰਾਓ ਅੰਬੇਦਕਰ ਜੀ ਨੇ ਸਾਨੂੰ ਸੰਵਿਧਾਨ ਦੇ ਵਿੱਚ ਏਕਤਾ ਦਾ ਸਾਡਾ ਕਾਨੂੰਨ ਜਿਹੜਾ ਸਾਨੂੰ ਹੱਕ ਦਿੱਤਾ, ਲੇਕਿਨ ਉਹਨੂੰ ਅਮਲੀ ਜਾਮਾ ਪਹਿਨਾਉਣ ਦਾ ਵਾਸਤੇ ਕਿਸੇ ਨੇ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ। ਲੇਕਿਨ ਮੈਂ ਸਮਝਦੀ ਹਾਂ ਕਿ ਮਹਾਰਾਜ ਜੀ ਨੇ, ਗੁਰਦੀਪ ਜੀ ਮਹਾਰਾਜ ਜੀ ਨੇ ਬਹੁਤ ਕੋਸ਼ਿਸ਼ ਕਰਕੇ, ਬਹੁਤ ਮਿਹਨਤ ਕਰਕੇ ਕਿਤੇ ਕਿਤੇ ਦੂਰ ਲੋਕਾਂ ਨੂੰ ਵੀ ਇਕੱਠੇ ਕੀਤਾ ਔਰ ਇੱਕ ਸਾਂਝੇ ਮੰਚ 'ਤੇ ਇਕੱਠਾ ਕਰਦਾ। ਔਰ ਜਦੋਂ ਸੰਤ ਸਮਾਗਮ ਹੁੰਦਾ, ਸਭ ਦੇ ਵਿਚਾਰ ਸੁਣਦੇ ਆ ਲੋਕ, ਔਰ ਦੇਖਣ ਵਾਲਾ ਇਹ ਦ੍ਰਿਸ਼ ਹੁੰਦਾ ਕਿ ਜਦੋਂ ਉੱਥੇ ਇੰਨੀ ਸੰਗਤ ਇਕੱਠੀ ਹੁੰਦੀ ਹੈ, ਸਮਝ ਨਹੀਂ ਆਉਂਦੀ ਕਿ ਕਿਵੇਂ ਮੈਨੇਜ ਕਰਦੇ। ਇੰਨਾ ਵੱਡਾ ਸਮਾਗਮ ਮੈਂ ਤੇ ਪੰਜਾਬ ਦੇ ਵਿੱਚ ਹੋਰ ਕਿਤੇ ਨਹੀਂ ਦੇਖਿਆ। ਸੋ ਇਸੇ ਤਰ੍ਹਾਂ ਜੇ ਪੰਜਾਬ 'ਚ ਇਸ ਤਰ੍ਹਾਂ ਹੋ ਸਕਦਾ ਤੇ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਵਿਦੇਸ਼ਾਂ 'ਚ ਬੈਠੇ ਹਾਂ, ਇੱਥੇ ਵੀ ਕੋਈ ਇਸ ਤਰ੍ਹਾਂ ਦਾ ਸਾਂਝਾ ਮੰਚ ਤੁਸੀਂ ਬਣਾਓ, ਤਾਂ ਕਿ ਇੱਕ ਮੁੱਠ ਹੋ ਕੇ, ਇੱਕਜੁੱਟ ਹੋ ਕੇ ਸਮਾਜ ਜਿਹੜਾ ਇੱਕੋ ਲੀਹ 'ਤੇ ਚੱਲੇ ਔਰ ਉਹਨੂੰ ਇੱਕ ਸੇਹ ਮਿਲੇ, ਇੱਕ ਰਸਤਾ ਮਿਲੇ ਕਿ ਇੱਕੋ ਹੀ ਕੌਲ ਦੇ ਨਾਲ ਸਾਰੇ ਜਣੇ ਇਕੱਠੇ ਹੋ ਜਾਣ। ਇਹ ਇੱਕ ਮੈਨੂੰ ਲੱਗਦਾ ਹੈ ਕਿ ਅੱਜ ਸਮੇਂ ਦੀ ਮੰਗ ਵੀ ਹੈ ਔਰ ਹੋਣਾ ਵੀ ਚਾਹੀਦਾ ਅਲੱਗ ਅਲੱਗ, ਕਿਉਂਕਿ ਸਾਡਾ ਕੋਮਨ ਸੋਚ ਜਿਹੜੀ ਉਹ ਇੱਕੋ ਹੀ ਹੈ ਕਿ ਅਸੀਂ ਸਾਰਿਆਂ ਨੇ ਇਕੱਠੇ ਹੋਣਾ, ਆਪਣੇ ਸਮਾਜ ਦੀ ਤਰੱਕੀ ਵਾਸਤੇ, ਆਪਣੇ ਸਮਾਜ ਨੂੰ ਅੱਗੇ ਲਿਜਾਣ ਵਾਸਤੇ ਕੁਛ ਕਰਨਾ ਹੈ। ਲੇਕਿਨ ਕਰੇ ਕੌਣ? ਇੱਕ ਝੰਡੇ ਥੱਲੇ, ਇੱਕ ਪਲੈਟਫਾਰਮ ਦੇ ਉੱਤੇ ਇਕੱਠੇ ਹੋ ਕੇ ਕੰਮ ਕੀਤਾ ਜਾਏ, ਤਾਂ ਹੀ ਮੈਨੂੰ ਲੱਗਦਾ ਉਹਦੇ 'ਚ ਹੀ ਸਮਾਜ ਦੀ ਸ਼ੋਭਾ ਹੋਏਗੀ। ਸੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਇਹਦੇ 'ਤੇ ਵਿਚਾਰ ਜ਼ਰੂਰ ਕਰਿਓ ਔਰ ਇਸ ਪਾਸੇ ਜ਼ਰੂਰ ਚੱਲਿਓ, ਤਾਂ ਕਿ ਇੱਕੋ ਹੀ ਕੁਟੁੰਬ ਨਾਮੇ 'ਤੇ ਸਾਰੇ ਇਕੱਠੇ ਹੋ ਜਾਣ।
ਕਿਉਂਕਿ ਅਲਟੀਮੇਟਲੀ ਮਨਸ਼ਾ ਸਭ ਦੀ ਇੱਕੋ ਹੀ ਹੈ। ਆਪਣੇ ਵੈਰ ਵਿਰੋਧ ਪਰਸਨਲ ਅਗਰ ਹੈ ਨਹੀਂ ਹੈ, ਉਹਨਾਂ ਨੂੰ ਛੱਡ ਕੇ ਜੇ ਇੱਕ ਜਗ੍ਹਾ ਇਕੱਠੇ ਹੋ ਜਾਈਏ ਤੇ ਇਹਦੇ ਵਰਗੀ ਸ਼ੋਭਾ ਹੋਰ ਕਿਤੇ ਨਹੀਂ। ਸੋ ਮੇਰੀ ਇਹ ਛੋਟੀ ਜਿਹੀ ਬੇਨਤੀ ਹੈ, ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਇਹਨੂੰ ਪ੍ਰਵਾਨ ਕਰੋਗੇ, ਇਹਨੂੰ ਸੋਚੋਗੇ, ਧਿਆਨ ਦਿਓਗੇ। ਜਿਵੇਂ ਕਿ ਗੁਰਦੀਪ ਗਿਰੀ ਜੀ ਮਹਾਰਾਜ ਨੇ ਪੰਜਾਬ ਦੇ ਵਿੱਚ ਬਹੁਤ ਵੱਡਾ ਹੱਥਾ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਮੀਲ ਪੱਥਰ ਕਾਇਮ ਕੀਤਾ ਔਰ ਕਰ ਰਹੇ ਨੇ। ਉਹ ਜੋ ਇਹਨਾਂ ਦੀ ਸੋਚ ਹੈ ਬਹੁਤ ਅੱਛੀ ਸੋਚ ਹੈ, ਸਮਾਜ ਨੂੰ ਆਪਣੇ ਸਮਾਜ ਜਿਹੜਾ ਪਿਛੜਿਆ ਹੋਇਆ ਉਹਨੂੰ ਅੱਗੇ ਲਿਜਾਉਣ ਦੇ ਬਾਰੇ, ਉਹਨੂੰ ਅਵੇਅਰ ਕਰਨ ਦੇ ਬਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ। ਉਸੇ ਤਰ੍ਹਾਂ ਇੱਥੇ ਵੀ ਮੈਨੂੰ ਲੱਗਦਾ ਕਿ ਇਕੱਠੇ ਹੋਣ ਦੀ ਸਾਂਝੇ ਪਲੇਟਫਾਰਮ ਦੀ ਲੋੜ ਹੈ। ਸੋ ਤੁਹਾਡਾ ਸਾਰਿਆਂ ਦਾ ਮਾਨ ਸਨਮਾਨ ਮੈਨੂੰ ਦਿੱਤਾ ਇੰਨਾ ਮੈਂ ਇਸ ਯੋਗ 'ਤੇ ਨਹੀਂ ਹੈ, ਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਗੁਰੂ ਦੇਵ, ਜੈ ਗੁਰੂ ਰਵਿਦਾਸ ਜੀ।